ਅਸਲਾਮ ਵਾਲੇਕੁਮ ਦੋਸਤੋ, ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ। ਦੋਸਤੋ, ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ, ਕਿਉਂਕਿ ਅੱਜ ਮੈਂ ਮਾਤਾ ਮਸਾਣੀ ਦੀ ਇੱਕ ਅਜਿਹੀ ਸਾਧਨਾ ਲੈ ਕੇ ਹਾਜ਼ਰ ਹੋਇਆ ਹਾਂ, ਜਿਸ ਦੇ ਨਾਲ ਤੁਸੀਂ ਮਾਤਾ ਮਸਾਣੀ ਤੋਂ ਕੋਈ ਵੀ ਦੁਨੀਆਂ ਦਾ ਕੋਈ ਵੀ ਕੰਮ ਕਰਵਾ ਸਕਦੇ ਹਾਂ। ਬਹੁਤ ਸਾਰੇ ਭਗਤਾਂ ਦੇ ਕਮੈਂਟ ਆਏ ਸੀ ਕਿ ਮਾਤਾ ਮਸਾਣੀ ਦੀ ਕੋਈ ਅਜਿਹੀ ਸਾਧਨਾ ਦਿੱਤੀ ਜਾਵੇ ਜਿਸ ਨਾਲ ਮਾਤਾ ਮਸਾਣੀ ਤੋਂ ਕੰਮ ਲਿਆ ਜਾ ਸਕੇ, ਜਿਸ ਨਾਲ ਮਾਤਾ ਮਸਾਣੀ ਤੋਂ ਆਪਣਾ ਜਾਂ ਕਿਸੇ ਹੋਰ ਦਾ ਵੀ ਕੰਮ ਕਰਵਾਇਆ ਜਾ ਸਕੇ। ਤਾਂ ਦੋਸਤੋ, ਇਸ ਲਈ ਅੱਜ ਮੈਂ ਆਪ ਸਭ ਲਈ ਮਾਤਾ ਮਸਾਣੀ ਦੀ ਇਹ ਸਾਧਨਾ ਲੈ ਕੇ ਹਾਜ਼ਰ ਹੋਇਆ ਹਾਂ। ਅਤੇ ਮਾਤਾ ਮਸਾਣੀ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ। ਦੋਸਤੋ, ਮਾਤਾ ਮਸਾਣੀ ਨੂੰ ਚੌਗਾਨ ਵਾਲੀ ਮਾਤਾ ਜਾਂ ਫਿਰ ਮੈਦਾਨਣ ਮਾਤਾ ਵੀ ਕਹਿੰਦੇ ਆ। ਮਾਤਾ ਮਸਾਣੀ ਨੂੰ ਚਲਾਉਣ ਦੀਆਂ, ਮਾਤਾ ਮਸਾਣੀ ਤੋਂ ਕੰਮ ਲੈਣ ਦੀਆਂ ਵਿਧੀਆਂ ਤਾਂ ਵੈਸੇ ਕਾਫੀ ਨੇ, ਪਰ ਦੋ ਤਰ੍ਹਾਂ ਨਾਲ ਮਾਤਾ ਮਸਾਣੀ ਤੋਂ ਕੰਮ ਲਿਆ ਜਾਂਦਾ ਆ। ਇੱਕ ਤਾਮਸਿਕ ਕਿਰਿਆ ਦੇ ਨਾਲ ਮਾਤਾ ਮਸਾਣੀ ਤੋਂ ਕੰਮ ਲਿਆ ਜਾਂਦਾ ਆ, ਦੂਜਾ ਸਾਤਵਿਕ ਕਿਰਿਆ ਦੇ ਨਾਲ ਮਾਤਾ ਮਸਾਣੀ ਤੋਂ ਕੰਮ ਲਿਆ ਜਾਂਦਾ ਆ। ਤਾਮਸਿਕ ਕਿਰਿਆ ਦੇ ਵਿੱਚ ਮਾਤਾ ਮਸਾਣੀ ਨੂੰ ਮਾਸ ਦਾ ਭੋਗ ਦਿੱਤਾ ਜਾਂਦਾ ਆ, ਮੀਟ ਦਾ ਭੋਗ ਦਿੱਤਾ ਜਾਂਦਾ ਹੈ, ਸ਼ਰਾਬ ਦਾ ਭੋਗ ਦਿੱਤਾ ਜਾਂਦਾ ਆ। ਅਤੇ ਸਾਤਵਿਕ ਕਿਰਿਆ ਦੇ ਵਿੱਚ ਫਲ ਫਰੂਟ ਜਾਂ ਫਿਰ ਮਿਠਾਈ ਦਾ ਭੋਗ ਲਗਾਇਆ ਜਾਂਦਾ ਆ। ਅਤੇ ਅੱਜ ਜਿਹੜੀ ਸਾਧਨਾ ਹੈ, ਇਹ ਤਾਮਸਿਕ ਕਿਰਿਆ ਵਾਲੀ ਸਾਧਨਾ ਹੈ। ਦੋਸਤੋ, ਜ਼ਿਆਦਾਤਰ ਇੱਦਾਂ ਹੁੰਦਾ ਹੈ ਕਿ ਮਾਤਾ ਮਸਾਣੀ ਦੀ ਸਾਧਨਾ ਕਬਰਿਸਤਾਨ ਵਿੱਚ ਬੈਠ ਕੇ ਕਰਨੀ ਪੈਂਦੀ ਆ, ਪਰ ਦੋਸਤੋ, ਅੱਜ ਦੀ ਇਹ ਸਾਧਨਾ ਤੁਸੀਂ ਆਪਣੇ ਘਰ ਬੈਠ ਕੇ ਹੀ ਕਰ ਸਕਦੇ ਹਾਂ। ਘਰ ਦੇ ਵਿੱਚ ਕਿਸੇ ਵੀ ਇਕਾਂਤ ਕਮਰੇ ਦਾ ਤੁਸੀਂ ਚੁਣਾਵ ਕਰ ਲੈਣਾ ਹੈ। ਉਸ ਇਕਾਂਤ ਕਮਰੇ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਨਾ ਆਵੇ ਜਾਵੇ, ਸਿਰਫ ਤੁਸੀਂ ਹੀ ਉਸ ਕਮਰੇ ਵਿੱਚ ਆ ਜਾ ਸਕੋ। ਉਸੇ ਕਮਰੇ 'ਚ ਬੈਠ ਕੇ ਤੁਸੀਂ ਸਾਧਨਾ ਕਰਨੀ ਹੈ। ਸਾਧਨਾ ਸਿਰਫ 21 ਦਿਨ ਦੀ ਹੈ। 21 ਦਿਨਾਂ ਦੇ ਵਿੱਚ ਹੀ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ। ਸਿਰਫ 21 ਦਿਨ ਤੁਸੀਂ ਸਵੇਰੇ ਅਤੇ ਸ਼ਾਮ ਦੋ ਟਾਈਮ ਮੰਤਰ ਦਾ ਜਾਪ ਕਰਨਾ ਹੈ। ਮੰਤਰ ਵੀ ਬਹੁਤ ਆਸਾਨ ਅਤੇ ਛੋਟਾ ਹੈ, ਪਰ ਮੰਤਰ ਦੀ ਸ਼ਕਤੀ ਬਹੁਤ ਵੱਡੀ ਹੈ। ਮਾਤਾ ਮਸਾਣੀ ਦਾ ਬਹੁਤ ਵੱਡਾ ਆਸ਼ੀਰਵਾਦ ਇਸ ਮੰਤਰ ਵਿੱਚ ਸਮਾਇਆ ਹੈ। ਮਾਤਾ ਮਸਾਣੀ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਮਾਤਾ ਮਸਾਣੀ ਦੀ ਕਿਰਪਾ ਪ੍ਰਾਪਤ ਕਰਨ ਦਾ ਬਹੁਤ ਹੀ ਵਧੀਆ ਇਹ ਮੰਤਰ ਹੈ। ਦੋਸਤੋ, ਦੁਨੀਆ ਦਾ ਜਿਹੜਾ ਵੀ ਕੰਮ ਤੁਸੀਂ ਚਾਹੋਗੇ, ਇਸ ਮੰਤਰ ਦੇ ਨਾਲ, ਮਾਤਾ ਮਸਾਣੀ ਦੀ ਕਿਰਪਾ ਦੇ ਨਾਲ ਤੁਹਾਡਾ ਕੰਮ ਜ਼ਰੂਰ ਹੋਵੇਗਾ। ਸੋ ਸਭ ਤੋਂ ਪਹਿਲਾਂ ਤੁਹਾਨੂੰ ਮੰਤਰ ਦੱਸਦੇ ਹਾਂ, ਕਿਹੜਾ ਮੰਤਰ ਹੈ ਮਾਤਾ ਮਸਾਣੀ ਦਾ ਅਤੇ ਕਿਸ ਤਰ੍ਹਾਂ ਤੁਸੀਂ ਇਸ ਮੰਤਰ ਨੂੰ ਸਿੱਧ ਕਰਨਾ ਹੈ, ਕਿਹੜੇ ਦਿਨ ਤੋਂ ਸਿੱਧ ਕਰਨਾ ਸ਼ੁਰੂ ਕਰਨਾ ਹੈ ਅਤੇ ਸਮੱਗਰੀ ਕਿਹੜੀ ਲੱਗਣੀ ਹੈ ਅਤੇ ਇਸ ਮੰਤਰ ਨੂੰ ਚਲਾਉਣ ਦੀ ਵਿਧੀ ਕੀ ਹੈ। ਹੁਣ ਤੁਸੀਂ ਇਸ ਮੰਤਰ ਨੂੰ ਸੁਣ ਲਵੋ ਅਤੇ ਨੋਟ ਕਰ ਲਵੋ। ਓਮ ਨਮੋ ਆਦੇਸ਼ ਗੁਰੂ ਕਾ, ਮਸਾਣੀ ਬੈਠੀ ਚੌਂਕ ਮੇ, ਲਾਲ ਬਾਣਾ ਖੁੱਲ੍ਹੇ ਬਾਲ, ਨੇਤਰੋਂ ਸੇ ਅਗਨੀ ਗਿਰਾਏ, ਏਕ ਹਾਥ ਤ੍ਰਿਸ਼ੂਲ ਏਕ ਹਾਥ ਖੱਪਰ, ਮਾਰ ਮਾਰ ਕਰਤੀ ਆਏ,
हाहाकार करती आए, अमुक का कार्य करती आए, जहाँ पर भेजूं वहीं पर जाए, ना जाए तो मेरे गुरु की दुहाई, नांगे गुरु इस्माइल जोगी की दुहाई, गुरु गोरखनाथ की दुहाई, शब्द सांचा पिंड कांचा, देखूं माता मसानी तेरे शब्द का तमाशा, गुरु का आदेश आदेश आदेश। सो दोस्तों, ये सी माता मसानी का शक्तिशाली मंत्र। मैं इस मंत्र में एक बार फिर बोल देता हाँ, ता जो किसी भी शब्द का कोई भी डाउट ना रह सके। आप सब ने एक बार फिर तो इस मंत्र को चंगी तरह सुन के नोट कर लेना है। ओम नमो आदेश गुरु का, मसानी बैठी चौंक में, लाल बाना खुले बाल, नेत्रों से अग्नि गिराए, एक हाथ त्रिशूल एक हाथ खप्पर, मार मार करती आए, हाहाकार करती आए, अमुक का कार्य करती आए, जहाँ पर भेजूं वहीं पर जाए, ना जाए तो मेरे गुरु की दुहाई, नांगे गुरु इस्माइल जोगी की दुहाई, गुरु गोरखनाथ की दुहाई, शब्द सांचा पिंड काचा, देखूं माता मसानी तेरे शब्द का तमाशा, गुरु का आदेश आदेश आदेश। दोस्तों, ये है सी मंत्र। इस मंत्र दे विच जिथे अमुक शब्द आता है, उस अमुक शब्द की जगह पर तुसी अपना नाम लेना है, यानी कि जिहड़ा मंत्र दे विच अमुक शब्द है वह नहीं बोलना, उसकी जगह पर तुसी अपना नाम लेना है। तो तुसी ये साधना करने वेले काले कपड़े पाने, काले रंग का आसन बिछाना है, काले रंग के आसन पर बैठ के साधना करनी है, अते काले हकीकी माला दे नाल तुसी मंत्र का जाप करना है। तो हर रोज़ सवेरे भी अते शाम नू भी पांच माला का जाप सवेरे करना है, अते पांच माला का जाप शाम नू करना है। जिहड़ी तुसी पूजा देनी है, माता मसाणी की समग्री देनी है, भोग प्रसाद देना है, वह तुसी जां तां माता मसाणी के मंदिर विच दे सकते हैं, जे मंदिर नहीं हैगा तां कब्रिस्तान विच दे सकते हैं, जां फिर किसी अजाड़ जिथे जगह पर कोई भी आता जाता ना हो, वीवान अजाड़ जगह पर जाके तुसी भोग प्रसाद दे सकते हैं। भोग प्रसाद जिहड़ा देना है वह नोट कर लवो। सत तरह की मिठाई होनी चाहिए है, सत पतासे, सत लौंग, सत इलायची, एक मिठा पान, एक देसी पौआ और थोड़ी जी बकरे की कलेजी, दो जायफल और दो नींबू। ये सारी समग्री तुसी देनी है। देनी किदा है कि एक पाथी की अग तैयार कर लेनी है, पाथी की अग तैयार करके तुसी उत्ते थोड़ा थोड़ा सारी समग्री का भोग दे देना है, अते उत्थे जाड़ जिथे भी जगह तुसी देंगे या फिर कब्रिस्तान या फिर किसी जाड़ जगह पर उत्थे जाके ये भोग देना है, अते उत्थे ही छड़ के आ जाना है। तो उत्थे माता मसाणी के कदमों में चरणों में बेनती करनी है कि माता मसाणी मैं थोड़ी साधना शुरू करन जा रहा हाँ, तुसीं मेरे ते कृपा करनी है, मैनू दर्शन देने, मेरी साधना सफल करन दे विच
ਸੰਪੂਰਨ ਕਰਨ ਦੇ ਵਿੱਚ ਮੇਰੀ ਸਹਾਇਤਾ ਕਰਨੀ ਹੈ। ਇਹ ਸਮੱਗਰੀ ਤੁਸੀਂ ਜਾਂ ਤਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦੇ ਕੇ ਆਉਣੀ ਆ ਜਾਂ ਫਿਰ ਰਾਤ ਨੂੰ ਸੂਰਜ ਛੱਪਣ ਤੋਂ ਬਾਅਦ ਦੇ ਕੇ ਆਉਣੀ ਆ। ਅਤੇ ਘਰ ਆ ਕੇ ਹੱਥ ਮੂੰਹ ਧੋ ਕੇ ਜਾਂ ਫਿਰ ਨਹਾ ਕੇ ਤੁਸੀਂ ਸਾਧਨਾ ਸ਼ੁਰੂ ਕਰ ਸਕਦੇ ਹਾਂ। ਅਤੇ ਮੰਤਰ ਜਾਪ ਕਰਨ ਵੇਲੇ ਤੁਸੀਂ ਕੋਈ ਵੀ ਆਪਣੇ ਕੋਲ ਕੋਈ ਵੀ ਜਿੰਨੀ ਵੀ ਤੁਹਾਡੀ ਸ਼ਰਧਾ ਹੋਵੇ ਉਸ ਹਿਸਾਬ ਦੇ ਨਾਲ ਪ੍ਰਸ਼ਾਦ ਰੱਖ ਸਕਦੇ ਹਾਂ। ਅਤੇ ਕੋਲ ਜਲ ਦੀ ਗੜਵੀ ਰੱਖਣੀ ਹੈ, ਮਾਤਾ ਮਸਾਣੀ ਦੇ ਨਾਮ ਦੀ ਜੋਤ ਜਗਾਉਣੀ ਹੈ ਅਤੇ ਅਗਰਬੱਤੀ ਜਗਾ ਲੈਣੀ ਹੈ। ਸਵੇਰੇ ਸ਼ਾਮ ਤੁਸੀਂ ਜੋਤ ਜਗਾ ਸਕਦੇ ਹਾਂ, ਅਖੰਡ ਜੋਤ ਜਗਾਉਣ ਦੀ ਵੀ ਜ਼ਰੂਰਤ ਨਹੀਂ ਹੈ। ਸਵੇਰੇ ਸ਼ਾਮ ਮੰਤਰ ਜਾਪ ਕਰਨਾ ਹੈ ਅਤੇ ਸਵੇਰੇ ਸ਼ਾਮ ਹੀ ਤੁਸੀਂ ਜੋਤ ਜਗਾ ਸਕਦੇ ਹਾਂ। ਬਾਕੀ ਜੇ ਚਾਹੋ ਤਾਂ ਅਖੰਡ ਜੋਤ ਵੀ ਜਗਾਈ ਜਾ ਸਕਦੀ ਹੈ। ਪਹਿਲਾਂ ਤੁਸੀਂ ਆਸਣ 'ਤੇ ਬੈਠ ਕੇ ਆਸਣ ਜਾਪ ਸੁਰੱਖਿਆ ਘੇਰਾ ਜਾਪ ਕਰਨਾ ਹੈ, ਗੁਰੂ ਮੰਤਰ ਦਾ ਜਾਪ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਮਾਤਾ ਮਸਾਣੀ ਦਾ ਮੰਤਰ ਦੱਸਿਆ ਹੈ ਉਸ ਮੰਤਰ ਦਾ ਜਾਪ ਕਰਨਾ ਹੈ। ਫਿਰ ਦੋਸਤੋ, ਜਦ ਤੁਸੀਂ ਇਸ ਮੰਤਰ ਨੂੰ ਚਲਾਉਣਾ ਹੈ, ਮੰਤਰ ਤੋਂ ਕੰਮ ਲੈਣਾ ਹੈ, ਕੋਈ ਵੀ ਕੰਮ ਮਾਤਾ ਮਸਾਣੀ ਤੋਂ ਕਰਵਾਉਣਾ ਹੈ, ਉਦੋਂ ਤੁਸੀਂ ਜਿੰਨੀ ਵੀ ਭੋਗ ਪ੍ਰਸ਼ਾਦ ਤੁਹਾਨੂੰ ਦੱਸਿਆ ਹੈ ਕਿ ਸਾਰਾ ਭੋਗ ਪ੍ਰਸ਼ਾਦ ਦੇਣਾ ਆ ਅਤੇ ਉੱਥੇ ਬੈਠ ਕੇ ਤੁਸੀਂ 21 ਵਾਰ ਇਸ ਮੰਤਰ ਦਾ ਜਾਪ ਕਰਨਾ ਆ ਅਤੇ ਘਰ ਆ ਕੇ ਤੁਸੀਂ ਇਸ ਮੰਤਰ ਦੀਆਂ 5 ਮਾਲਾ ਦਾ ਜਾਪ ਕਰ ਦੇਣਾ ਆ ਅਤੇ ਮਾਤਾ ਮਸਾਣੀ ਦੇ ਚਰਨਾਂ ਵਿੱਚ ਬੇਨਤੀ ਕਰ ਦੇਣੀ ਆਪਣਾ ਜਿਹੜਾ ਵੀ ਤੁਹਾਡਾ ਕੰਮ ਹੋਊਗਾ, ਜਿਸ ਕੰਮ ਨੂੰ ਵੀ ਤੁਸੀਂ ਕਰਵਾਉਣਾ ਹੈ ਮਾਤਾ ਮਸਾਣੀ ਦੇ ਕੋਲੋਂ ਜਾਂ ਮਾਤਾ ਮਸਾਣੀ ਨੂੰ ਜਿੱਥੇ ਵੀ ਭੇਜਣਾ ਹੈ, ਤੁਸੀਂ ਇਸ ਮੰਤਰ ਦੇ ਨਾਲ ਬੇਨਤੀ ਕਰਕੇ ਤੁਸੀਂ ਮਾਤਾ ਮਸਾਣੀ ਨੂੰ ਭੇਜ ਸਕਦੇ ਹਾਂ, ਮਾਤਾ ਮਸਾਣੀ ਤੋਂ ਕੰਮ ਲੈ ਸਕਦੇ ਹਾਂ। ਬਸ ਮਾਤਾ ਮਸਾਣੀ ਦੀ ਸਮੱਗਰੀ ਭੋਗ ਪ੍ਰਸ਼ਾਦ ਜ਼ਰੂਰ ਦੇਣਾ ਆ। ਜਦੋਂ ਵੀ ਤੁਸੀਂ ਮਾਤਾ ਮਸਾਣੀ ਤੋਂ ਕੰਮ ਲੈਣਾ ਹੈ, ਕੋਈ ਵੀ ਕੰਮ ਲੈਣਾ ਆ, ਭੋਗ ਪ੍ਰਸ਼ਾਦ ਮਾਤਾ ਮਸਾਣੀ ਦੇ ਨਾਮ ਦਾ ਜ਼ਰੂਰ ਦੇਣਾ ਆ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ, ਦੁਆ ਫਰਿਆਦ, ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।